ਇਸ ਐਕਸਪੈਰੀਮੈਂਟ ਦੇ ਲਈ ਤੁਹਾਨੂੰ ਪਲਾਸਟਿਕ ਦੀ ਪਾਈਪ, ਇੱਕ ਕੈਂਚੀ ਅਤੇ ਕੁਝ ਸਾਬਣ ਦੇ ਪਾਣੀ ਦੀ ਲੋੜ ਪਏਗੀ। ਇੱਕ ਹਰੇ ਰੰਗ ਦੀ ਪਾਈਪ ਲਓ ਬਿਨਾਂ ਕੱਟੀ ਹੋਈ, ਇੱਕ ਨੀਲੇ ਰੰਗ ਦੀ ਪਾਈਪ ਲਓ ਅਤੇ ਉਸ ਨੂੰ ਤਿਰਛਾ ਕੱਟ ਲਓ, ਜਿਸ ਨਾਲ ਉਸਦਾ ਸਰਫੇਸ ਏਰੀਆ ਵੱਧ ਜਾਊਗਾ। ਹੁਣ ਇੱਕ ਹੋਰ ਪਾਈਪ ਲਓ ਪੀਲੇ ਰੰਗ ਦੀ ਅਤੇ ਉਸ 'ਤੇ ਚਾਰ 1-1 ਸੈਂਟੀਮੀਟਰ ਦੇ ਕੱਟ ਮਾਰ ਲਓ ਅਤੇ ਉਸ ਦੀਆਂ ਪੱਤੀਆਂ ਖੋਲ੍ਹ ਲਓ, ਜਿਸ ਨਾਲ ਇਹ ਚਾਰ ਪੱਤੀਆਂ ਵਾਲੇ ਇੱਕ ਫੁੱਲ ਵਰਗਾ ਨਜ਼ਰ ਆਊਗਾ। ਸਭ ਤੋਂ ਪਹਿਲਾਂ ਹਰੇ ਰੰਗ ਦੀ ਪਾਈਪ ਨੂੰ ਸਾਬਣ ਦੇ ਪਾਣੀ ਵਿੱਚ ਡਬੋ ਲਓ। ਹੁਣ ਉਸ ਦੇ ਦੂਸਰੇ ਸਿਰੇ ਤੋਂ ਫੂਕ ਮਾਰੋ ਅਤੇ ਬੁਲਬੁਲੇ ਦਾ ਆਕਾਰ ਵੇਖੋ। ਹੁਣ ਤਿਰਛਾ ਕੱਟਿਆ ਹੋਇਆ ਯਾਨੀ ਕਿ ਪੀਲੇ ਰੰਗ ਦਾ ਪਾਈਪ ਲਓ ਅਤੇ ਉਸ ਨੂੰ ਵੀ ਸਾਬਣ ਦੇ ਪਾਣੀ ਵਿੱਚ ਡਬੋ ਕੇ ਫੂਕ ਮਾਰੋ। ਤੁਸੀਂ ਵੇਖੋਗੇ ਕਿ ਇਸ ਬੁਲਬੁਲੇ ਦਾ ਆਕਾਰ ਪਿਛਲੇ ਵਾਲੇ ਤੋਂ ਕਾਫੀ ਵੱਡਾ ਹੋਏਗਾ। ਹੁਣ ਚਾਰ ਪੱਤੀਆਂ ਵਾਲੇ ਯਾਨੀ ਕਿ ਪੀਲੇ ਰੰਗ ਦੇ ਪਾਈਪ ਨੂੰ ਸਾਬਣ ਦੇ ਪਾਣੀ ਵਿੱਚ ਡਬੋ ਕੇ ਫੂਕ ਮਾਰੋ। ਤੁਸੀਂ ਵੇਖੋਗੇ ਇਸ ਬੁਲਬੁਲੇ ਦਾ ਆਕਾਰ ਸਭ ਤੋਂ ਵੱਡਾ ਹੋਏਗਾ। ਇਹ ਐਕਸਪੈਰੀਮੈਂਟ ਸਾਬਤ ਕਰਦਾ ਹੈ ਕਿ ਜਿੰਨਾ ਵੱਡਾ ਸਰਫੇਸ ਏਰੀਆ ਹੋਏਗਾ ਉਨਾ ਹੀ ਵੱਡਾ ਬੁਲਬੁਲੇ ਦਾ ਆਕਾਰ ਹੋਏਗਾ।